ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸੀਤਲ ਸਿੰਘ ਸਤਾਰਾ ਤੁਹਾਡੀ ਸੇਵਾ ਵਿੱਚ ਉਪਸਥਿਤ ਹੈ। ਇਸ ਵੇਲੇ ਅਸੀਂ ਗੁਰਦੁਆਰਾ ਨਾਨਕ ਦਰਬਾਰ ਗ੍ਰੇਵਜ਼ਿਲ ਤੋਂ ਬੋਲ ਰਹੇ ਹਾਂ। ਉੱਥੇ ਇਹ ਰਿਕਾਰਡਿੰਗ ਹੋ ਰਹੀ ਹੈ। ਇੱਥੇ ਇਹ ਵੀ ਦੱਸਣਾ ਮੈਂ ਜ਼ਰੂਰੀ ਸਮਝਦਾ ਹਾਂ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਹਰ ਵੀਰਵਾਰ ਲਗਭਗ 5 ਵਜੇ ਤੋਂ 7 ਵਜੇ ਤੱਕ ਸੰਗੀਤ ਦੀਆਂ ਕਲਾਸਾਂ ਲੱਗਦੀਆਂ ਹਨ। ਬਹੁਤ ਬੱਚੇ ਕੀਰਤਨ ਸਿੱਖਦੇ ਹਨ। ਤੋ ਇਸ ਵੇਲੇ ਇਹ ਰਾਗ ਜੈਤਸਰੀ ਤੁਹਾਡੀ ਸੇਵਾ ਵਿੱਚ ਪੇਸ਼ ਹੈ। 9ਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ, ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤੈਂ ਤੈਂ ਆਪ ਬੰਧਾਇਓ। ਤੋ 3 ਤਾਲ ਦੇ ਵਿੱਚ ਇਹ ਸ਼ਬਦ ਗਾਇਆ ਜਾ ਰਿਹਾ ਹੈ। ਅਤੇ ਇਸ ਵੇਲੇ ਤਬਲੇ 'ਤੇ ਹਰਸਿਮਰਨ ਸਿੰਘ ਲੱਲੀ ਨਾਲ ਸੰਗਤ ਕਰ ਰਹੇ ਹਨ। ਅਤੇ ਇਹਨਾਂ ਦੇ ਪਿਤਾ ਜੀ ਸਾਹਿਬ ਪਰਮਿੰਦਰ ਸਿੰਘ ਜੀ ਲੱਲੀ ਇਹ ਰਿਕਾਰਡਿੰਗ ਕਰ ਰਹੇ ਹਨ। ਸੋ ਆਓ ਹੁਣ ਤੁਹਾਡੀ ਸੇਵਾ ਵਿੱਚ ਰਾਗ ਜੈਤ ਸ੍ਰੀ ਵਿੱਚ 9ਵੇਂ ਪਾਤਸ਼ਾਹ ਜੀ ਦਾ ਇਹ ਸ਼ਬਦ ਪੇਸ਼ ਕੀਤਾ ਜਾਂਦਾ ਹੈ।
ਸ੍ਰੀ ਵਿੱਚ ਨੌਵੇਂ ਪਾਤਸ਼ਾਹ ਜੀ ਦਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਮੈਂ ਅੰਤ ਵਿੱਚ ਸਰਦਾਰ ਪਰਮਿੰਦਰ ਸਿੰਘ ਜੀ ਦਾ ਹਾਰਦਿਕ ਤੌਰ 'ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਇਹ ਰਿਕਾਰਡਿੰਗ ਕੀਤੀ ਹੈ। ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਦਾਸ ਦਾ ਇਹ ਯਤਨ ਹੁੰਦਾ ਹੈ ਕਿ ਮੇਰੀ ਕੌਮ ਦੇ ਬੱਚੇ ਜ਼ਿਆਦਾ ਤੋਂ ਜ਼ਿਆਦਾ ਕੀਰਤਨ ਦੇ ਨਾਲ ਜੁੜਨ, ਗੁਰਬਾਣੀ ਦੇ ਕੀਰਤਨ ਨਾਲ ਜੁੜ ਕੇ ਗੁਰਸਿੱਖੀ ਦਾ ਪ੍ਰਚਾਰ ਕਰਨ। ਅਤੇ ਇਸ ਲਈ ਪਿਛਲੇ ਲਗਭਗ 50 ਸਾਲ ਤੋਂ ਉੱਪਰ ਹੋ ਗਏ ਹਨ ਦਾਸ ਦਾ ਇਹ ਯਤਨ ਜਾਰੀ ਹੈ। ਸੋ ਇਸੇ ਹੀ ਉਪਲਕਸ਼ ਦੇ ਵਿੱਚ ਇਸ ਗੁਰਦੁਆਰੇ ਸਾਹਿਬ ਵਿੱਚ ਵੀ ਕਲਾਸ ਚੱਲਦੀ ਹੈ, ਹੋਰਨਾਂ ਗੁਰਦੁਆਰਿਆਂ ਵਿੱਚ ਵੀ, ਸਕੂਲਾਂ ਵਿੱਚ ਵੀ ਬੱਚੇ ਕੀਰਤਨ ਸਿੱਖਦੇ ਹਨ। ਸੋ ਮੈਂ ਆਇਆ ਸੱਜਣਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਕਰਦਾ ਹਾਂ। ਇੱਥੇ ਇਹ ਵੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਪਿਛਲੇ ਲਗਭਗ 8 ਸਾਲ ਹੋ ਗਏ ਹਨ, ਉਦੋਂ ਇੱਕ ਕਿਤਾਬ ਲਿਖੀ ਸੀ ਬੱਚਿਆਂ ਵਾਸਤੇ ਜਿਹਦਾ ਨਾਮ ਸੀ ਗੁਰਬਾਣੀ ਕੋਮਲ ਸੰਗੀਤ। ਇਹ ਕਿਤਾਬ ਵਿੱਚ ਕੋਰਸ ਹੈ ਪ੍ਰਾਚੀਨ ਕਲਾ ਕੇਂਦਰ ਦੇ ਸਿਲੇਬਸ ਦਾ। ਇਸੇ ਤਰ੍ਹਾਂ ਹੀ ਬਹੁਤ ਛੇਤੀ ਇੱਕ ਕਿਤਾਬ ਹੋਰ ਸੰਗਤਾਂ ਦੀ ਕਰ ਕਮਲਾਂ ਵਿੱਚ ਆ ਰਹੀ ਹੈ। ਇਹ ਹੈ ਗੁਰਸ਼ਬਦ ਸੰਗੀਤ ਸਾਗਰ, ਅਤੇ ਇਹ ਛੇਤੀ ਇਸ ਨੂੰ ਮਤਲਬ ਛਪਾ ਕੇ ਸੰਗਤਾਂ ਵਿੱਚ ਪੇਟ ਕੀਤਾ ਜਾਏਗਾ। ਸੋ ਇਹਨਾਂ ਸ਼ਬਦਾਂ ਨਾਲ ਮੈਂ ਆਪਣੇ ਪ੍ਰੋਗਰਾਮ ਦੀ ਸਮਾਪਤੀ ਕਰਦਾ ਹਾਂ। ਅੰਤ ਵਿੱਚ ਗ੍ਰੇਵਜ਼ਨ ਦੇ ਪ੍ਰਬੰਧਕਾਂ ਦਾ, ਗੁਰਦੁਆਰੇ ਦੇ ਪ੍ਰਬੰਧਕਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ, ਅਤੇ ਹਰਸਿਮਰਨ ਸਿੰਘ ਅਤੇ ਪਰਮਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਂਦਾ ਹਾਂ। ਆਓ ਸਾਰੇ ਫਤਿਹ ਦੀ ਸਾਂਝ ਪੈਦਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।